ਲੀਆਂ ਚੋਰੀਆਂ ਘਾਟੇ ਵਾਧੇ ਹੋ ਜਾਂਦੇ ਪੂਰੇ ਲੇਕਿਨ ਜਿਹੜਾ ਭਜਨ ਦਾ ਘਾਟਾ ਪੈ ਜਾਣਾ ਉਹ ਪੂਰਾ ਨਹੀਂ ਹੋਣਾ ਜਿਹੜੀ ਰਾਤ ਲੰਘ ਜਾਣੀ ਹੈ ਮੁੜ ਕੇ ਰਾਤ ਆਉਣੀ ਨਹੀਂ ਕਿਤਨਾ ਬੜਾ ਘਾਟਾ ਹੈ ਜਿਹੜਾ ਦਿਨ ਲੰਘ ਗਿਆ ਮੁੜ ਕੇ ਸਾਡੇ ਤੇ ਉਹ ਦਿਨ ਨਹੀਂ ਆਉਣਾ ਕਿੱਥੋਂ ਲੈਵਾਂਗੇ ਅਸੀਂ ਉਹ ਦਿਨ ਘਟਦੇ ਘਟਦੇ ਚਲਾ ਗਏ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ ਅਸੀਂ ਪਰਮਾਤਮਾ ਨੂੰ ਲਾਰੇ ਦੇ ਜਾਂਦੇ ਹਾਂ ਆਜ ਕੇ ਕਾਲ ਭਜੂਗਾ ਕਾਲ ਕੇ ਫਿਰ ਕਾਲ ਆਜ ਕਾਲ ਕਰਦੇ ਹਾਂ ਉਹ ਸਰਜਾਸੀ ਚਾਲ ਹੈ ਪੁਰਸ਼ ਤੂੰ ਅੱਜ ਨਹੀਂ ਭਜਨ ਕੀਤਾ ਫਿਰ ਤੂੰ ਤਰੀਕ ਪਾ ਦੇਣਾ ਕੱਲ੍ਹ ਦੀ ਤਰੀਕ ਪਾ ਦੇਣਾ ਉਹ ਕੱਲ੍ਹ ਵੀ ਦੂਸਰਾ ਦਿਨ ਵੀ ਉਸੇ ਤਰ੍ਹਾਂ ਆਉਂਦਾ ਹੈ ਫਿਰ ਹੋਰ ਤਰੀਕ ਪਾ ਦੇਣਾ ਹੈ ਇਹੀ ਅੱਜ ਗੱਲ ਕਰਦਿਆਂ ਕਰਦਿਆਂ ਸਾਡੀ ਉਮਰ ਬਤੀਤ ਹੋ ਜਾਂਦੀ ਹੈ ਫਿਰ ਸਾਡਾ ਕੁਝ ਨਹੀਂ ਬਣਦਾ ਸਾਨੂੰ ਕਦੇ ਵੀ ਸੋਚਣਾ ਨਹੀਂ ਚਾਹੀਦਾ ਕਈ ਵਾਰ ਕਈ ਬੰਦੇ ਕਹਿੰਦੇ ਜੀ ਕਿਸ ਵਕਤ ਭਜਨ ਬਹਿਣਾ ਮੈਂ ਕਿਹਾ ਜਿਸ ਵਕਤ ਵੀ ਵਕਤ ਮਿਲਿਆ ਬਹਿ ਹੀ ਜਾਣਾ ਚਾਹੀਦਾ ਡੇਟ ਨਹੀਂ ਪਾਉਣੀ ਚਾਹੀਦੀ ਦੇਖਣਾ ਨਹੀਂ ਚਾਹੀਦਾ ਵੀ ਮੈਂ ਕਿੰਨੇ ਵਜੇ ਬਹਿਣਾ ਵਜੇ ਦਾ ਕੋਈ ਮਤਲਬ ਨਹੀਂ ਪਰਮਾਤਮਾ ਦੇ ਦਰਵਾਜ਼ੇ ਖੁੱਲ੍ਹੇ ਹੈ ਜਿਸ ਵੇਲੇ ਵੀ ਮਰਜ਼ੀ ਬੈਠ ਜਾਓ ਇਹ ਨਾ ਆਲਸ ਨਾ ਕਰੋ ਤਰੀਕ ਨਾ ਪਾਓ ਕਿ 3 ਵਜੇ ਬੈਠਣਾ 4 ਵਜੇ ਬੈਠਣਾ ਜਾਂ 2 ਵਜੇ ਬੈਠਣਾ ਜਿਸ ਲਈ ਵੀ ਟਾਈਮ ਲੱਗਦਾ ਬਹਿ ਜਾਓ ਆਪਣਾ ਵਕਤ ਦੇ ਦਿਓ ਪਤਾ ਨਹੀਂ ਮੰਨਦਾ ਕਿ ਵਕਤ ਹੀ ਲੰਘਾ ਦੇਵੇ ਲਾਰਿਆਂ ਲੱਪਿਆਂ ਜੀ ਕੀ ਪਤਾ ਹੈਗਾ ਇਸ ਵਾਸਤੇ ਭਜਨ ਬੜਾ ਜ਼ਰੂਰੀ ਹੈ ਬਾਬਾ ਜੀ ਜਿਹਨਾਂ ਦਾ ਦਰਬਾਰ ਹੈ ਜਦੋਂ ਵੀ ਉਹਨਾਂ ਦੇ ਕੋਲ ਕੋਈ ਆਉਂਦਾ ਹੁੰਦਾ ਸੀ ਸਭ ਤੋਂ ਪਹਿਲਾਂ ਇਹੀ ਕਹਿੰਦੇ ਹੁੰਦੇ ਸੀ ਕਿ ਭਜਨ ਕਰੋ ਬਾਈ ਆਖਰ ਟਾਈਮ 'ਤੇ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਕੋਈ ਵਚਨ ਕਰੋ ਤਾਂ ਉਹਨਾਂ ਇੱਕੋ ਹੀ ਵਚਨ ਕੀਤਾ ਤੁਧ ਬਿਨ ਦੂਜਾ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਦੋਖੀਆ ਉਤਰੇ ਮਨ ਕੀ ਭੁੱਖ ਇੱਥੋਂ ਸਬੂਤ ਹੋਇਆ ਕਿ ਇਹਨਾਂ ਦਾ ਧਿਆਨ ਉੱਥੇ ਹੀ ਹੈ ਪਰਮਾਤਮਾ ਦੇ ਚਰਨਾਂ ਵਿੱਚ ਹੀ ਲੱਗਾ ਰਹੇ ਆਖਰ ਟਾਈਮ 'ਤੇ ਇੱਥੋਂ ਬਾਅਦ ਫਿਰ ਉਹਨਾਂ ਕੋਈ ਵੀ ਵਚਨ ਨਹੀਂ ਕੀਤਾ ਔਰ ਜਿਹੜਾ ਵੀ ਉਹਨਾਂ ਦੇ ਕੋਲ ਕੋਈ ਆਉਂਦਾ ਸੀ ਉਹਨੂੰ ਸਭ ਤੋਂ ਪਹਿਲਾਂ ਇਹੀ ਕੋਈ ਦੁਨੀਆ 'ਤੇ ਗੱਲ ਪੁੱਛਣੀ ਨਹੀਂ ਇਹੀ ਕਹਿਣਾ ਭਜਨ ਕਰਿਆ ਕਰੋ ਕਿਉਂਕਿ ਸਾਡੀ ਕਲਿਆਣ ਕਰਨ ਵਾਲੀ ਚੀਜ਼ ਭਜਨ ਹੈ